सत श्री अकाल जी। रुखां दी जानकारी विच अज दा रुख है गुलर, इस नूं कलस्टर फिग भी कहिंदे हन। इह बोहड़ अते पिपल दे परिवार विचों आउंदा है अते बहुत ही घट सांभ संभाल अते घट पाणी नाल वधण फुलण वाला रुख है। इस दे पत्तियां दी बांतर बिल्कुल बोहड़ दे पत्तियां वांग हुंदी है पर आकार विच काफ़ी छोटे अते पतले हुंदे हन। इस दे तणे दा रंग सफेद हुंदा है अते इस दे फल सीधे इस दे तणे जां टाणियां उत्ते लगदे हन। फल बहुत ज़्यादा गिनती अते गुच्छियां विच लगदे हन। देखण विच फल बिल्कुल अंजीर दे फल वर्गा लगदा है। इस दे फल बहुत गुणकारी हुंदे हन। इन्हां विच विटामिन B12, लोहा, तांबा, पोटाशियम, मैगनीशियम, कैल्शियम अते होर बहुत सारे तत् पाए जाते हैं। इस दे फलां विच जहरनाशक, एंटीवायरल, एंटीबैक्टीरियल गुण पाए जाते हैं। कहिंदे हन कि इस दे फल पक्कण समय जेकर 2 हफ्ते तक लगातार 1 तों 2 फल खाधे जाण ਤਾਂ ਸਾਲ ਭਰ ਤੱਕ ਅੱਖਾਂ ਦਾ ਕੋਈ ਰੋਗ ਨਹੀਂ ਹੁੰਦਾ। ਇਸ ਦੇ ਪੱਕੇ ਫਲ ਮਿੱਠੇ ਅਤੇ ਕਾਫੀ ਪੌਸ਼ਟਿਕ ਹੁੰਦੇ ਹਨ, ਇਸ ਲਈ ਮਿੱਠੇ ਹੋਣ ਕਰਕੇ ਇਹਨਾਂ ਨੂੰ ਕੀੜਾ ਬਹੁਤ ਲੱਗਦਾ ਹੈ। ਇਸ ਲਈ ਵਰਤੋਂ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਕਰ ਲਓ। ਕਿਸੇ ਵੀ ਬਿਮਾਰੀ ਦੀ ਹਾਲਤ ਵਿੱਚ ਇਸ ਦੀ ਵਰਤੋਂ ਕਿਸੇ ਜਾਣਕਾਰ ਵੈਦ ਦੀ ਸਲਾਹ ਨਾਲ ਹੀ ਕਰੋ। ਫਲਾਂ ਦੇ ਨਾਲ ਨਾਲ ਇਸ ਰੁੱਖ ਦੇ ਪੱਤੇ, ਦੁੱਧ ਅਤੇ ਸੱਕ ਦੀ ਵਰਤੋਂ ਵੀ ਆਯੁਰਵੇਦ ਵਿੱਚ ਕਾਫੀ ਦਵਾਈਆਂ ਵਿੱਚ ਕੀਤੀ ਜਾਂਦੀ ਹੈ। ਚਮੜੀ ਦੇ ਰੋਗ, ਫੋੜੇ, ਫੁੰਸੀਆਂ, ਕਿਸੇ ਵੀ ਤਰ੍ਹਾਂ ਦੇ ਜਲਣ ਦਾ ਨਿਸ਼ਾਨ, ਧੱਫੜ, ਚਮੜੀ ਦਾ ਕਾਲਾਪਣ, ਲਾਲ ਚੱਕਤੇ, ਇਸ ਦੇ ਪੱਤੇ ਤੋੜ ਕੇ ਨਿਕਲਣ ਵਾਲਾ ਦੁੱਧ ਲਗਾਉਣ ਨਾਲ ਠੀਕ ਹੋ ਜਾਂਦੇ ਹਨ। ਇਸ ਦੇ ਪੱਤੇ ਚਬਾਉਣ ਨਾਲ ਮੂੰਹ ਦੇ ਛਾਲੇ, ਬਦਹਜ਼ਮੀ, ਭਸਮਕ ਰੋਗ, ਅਲਸਰ, ਬਵਾਸੀਰ ਅਤੇ ਛੋਟੀ ਅਤੇ ਵੱਡੀ ਆਂਤ ਦੇ ਸਾਰੇ ਰੋਗ ਠੀਕ ਹੁੰਦੇ ਹਨ। ਗੂਲਰ ਦਾ ਰੁੱਖ ਸਾਨੂੰ ਸਰੀਰਕ ਤੌਰ 'ਤੇ ਤੰਦਰੁਸਤੀ ਦੇਣ ਦੇ ਨਾਲ ਨਾਲ ਕੁਦਰਤੀ ਜੀਵਾਂ ਲਈ ਵੀ ਕਾਫੀ ਫਾਇਦੇਮੰਦ ਹੈ। ਇਹ ਪੰਛੀਆਂ ਲਈ ਕੁਦਰਤੀ ਪੌਸ਼ਟਿਕ ਭੋਜਨ ਦਾ ਪ੍ਰਬੰਧ ਕਰਦਾ ਹੈ, ਇਸ ਲਈ ਸਾਨੂੰ ਅਜਿਹੇ ਰੁੱਖ ਵੱਧ ਤੋਂ ਵੱਧ ਲਗਾਉਣੇ ਚਾਹੀਦੇ ਹਨ। ਇਸ ਰੁੱਖ ਨੂੰ ਅਸੀਂ ਇੱਕ ਸਜਾਵਟੀ ਅਤੇ ਛਾਂਦਾਰ ਰੁੱਖ ਦੇ ਤੌਰ 'ਤੇ ਲਗਾ ਸਕਦੇ ਹਾਂ। ਇਸ ਦਾ ਅੱਗੇ ਵਾਧਾ ਕਲਮ ਅਤੇ ਬੀਜ ਤੋਂ ਬੜੀ ਆਸਾਨੀ ਨਾਲ ਹੋ ਸਕਦਾ ਹੈ। ਸੋ ਦੋਸਤੋ, ਇਹ ਸੀ ਜਾਣਕਾਰੀ ਗੁੱਲਰ ਦੇ ਰੁੱਖ ਬਾਰੇ। ਜੇਕਰ ਜਾਣਕਾਰੀ ਵਧੀਆ ਲੱਗੇ ਤਾਂ ਇਸ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਅਤੇ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ ਜੀ।